ਸੋਸ਼ਲ ਮੀਡੀਆ ਜਿਵੇਂ ਸੋਸ਼ਲ ਮੀਡੀਆ ਤੇ ਤੁਸੀਂ ਵੀ ਐਕਟਿਵ ਹੋ, ਕੱਲ ਪਰਸੋਂ ਤੁਸੀਂ ਲਾਈਵ ਵੀ ਹੋਏ, ਸਾਰਾ ਕੁਝ ਤੁਸੀਂ ਦੇਖ ਰਹੇ ਹੋ, ਤੁਸੀਂ ਮੰਨਿਆ ਵੀ ਆ ਵੀ ਫਾਲੋਅਰਸ ਘੱਟ ਰਹੇ ਨੇ ਜਾਂ ਸਾਰੀਆਂ ਚੀਜ਼ਾਂ ਗੀਆਂ, ਇੱਕ ਚੀਜ਼ ਹੋਰ ਬੜੀ ਵਾਇਰਲ ਹੋਈ ਆ ਉਹਦੀ ਅਸਲੀਅਤ ਦੱਸੋ। ਤੁਸੀਂ 1 ਜੂਨ ਨੂੰ ਪੋਸਟ ਪਾਈ ਸੀ, ਪੋਸਟ ਡਿਲੀਟ ਹੋਈ, ਕਾਰਨ ਮੈਂ ਤੁਹਾਨੂੰ ਦੱਸਦਾ, ਇੱਕ ਮਿੰਟ ਖੜੋ, ਹੋਲਡ ਔਨ, ਮੈਨੂੰ ਵੀ ਨਹੀਂ ਸੀ ਪਤਾ ਜੀ ਇਹ ਚੀਜ਼ਾਂ ਕੀ ਹੁੰਦੀਆਂ ਨੇ। ਆ ਦੇਖੋ ਜੀ, ਆ ਮੇਰੀ ਪ੍ਰੋਫਾਈਲ ਜੀ ਸਾਰੀ ਜੀ। ਮੇਰੀ ਮੋਟੀ ਮੋਟੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜੀਆਂ ਜਿਹੜੀਆਂ ਮੋਟੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਮੈਂ ਰੱਖ ਦਿੰਦਾ ਉੱਤੇ ਉੱਤੇ ਕਈ ਵਾਰੀ, ਹੈ ਨਾ, ਵੀ ਜਿਵੇਂ ਕੋਈ ਬੰਦਾ ਬਾਹਰਲਾ ਪ੍ਰੋਫਾਈਲ ਲਿਖੇ, ਹੈ ਨਾ, ਉਹਨੂੰ ਐਂ ਲੱਗੇ ਵੀ ਸਿਸਟਮ, ਹੈ ਨਾ, ਉਹ ਪੋਸਟਾਂ ਕਦੇ ਮੈਂ ਡਿਲੀਟ ਨਹੀਂ ਕਰਦਾ। ਆਰ ਚ ਵੀ ਜ਼ਰੂਰ ਹੁੰਦੀਆਂ ਥੋੜ੍ਹੀਆਂ ਥੋੜ੍ਹੇ ਟਾਈਮ ਲਈ ਉਹ ਜੀ। ਸੋ ਮੈਂ ਕੀ ਮੈਥੋਂ ਮੈਂ ਆਰ ਚੀਵ ਹੋਈ ਹੋਈ ਹਾਂ ਅਤੇ ਆਰ ਚੀਵ ਦੇ ਵਿੱਚ ਇਹ ਨਹੀਂ ਵੀ ਇਕੱਲੀ ਉਹ ਪੋਸਟ ਸੀਗੀ, ਉਹਦੇ ਵਿੱਚ ਮੇਰੇ ਇਹ ਤੋਂ ਬਾਅਦ ਐਲਬਮ ਤੋਂ ਬਾਅਦ ਮੇਰੀ ਮੂਸਾ ਜੱਟ ਫਿਲਮ ਆਈ ਹੈ, ਤੁਸੀਂ ਮੇਰੇ ਮੂਸਾ ਜੱਟ ਦੀ ਇੱਕ ਵੀ ਪੋਸਟ ਦਿਖਾ ਦਿਓ ਕਿਤੇ ਹੈਗੀ ਹੈ, ਉਹ ਵੀ ਉੱਡੀ ਹੋਈ ਹੈ, ਠੀਕ ਹੈ। ਉਦੋਂ ਬਾਅਦ ਮੇਰੀ SIM ਸਟੂਡੈਂਟ ਫਿਲਮ ਆਈ, ਉਹਦੀ ਕਿੰਨੀਆਂ ਪੋਸਟਾਂ, ਕਿੰਨੇ ਗਾਣੇ ਪੋਸਟ ਕਰੇ ਸੀ, ਉਹ ਵੀ ਮੈਂ ਆਰਚਿਵ ਕਰਤੇ ਸੀ ਟਾਈਮ ਨਾਲ। ਮੈਂ ਆਪਦੇ ਗਾਣੇ ਵੀ ਆਰਚਿਵ ਕਰ ਦਿੰਦਾ ਹੁਣ, ਇਹ ਵੀ ਨਹੀਂ ਵੀ ਮੇਰੇ ਗਾਣੇ ਦੇਖਣ ਵੀ ਮੈਂ ਕਿਹੜੇ ਕਿਹੜੇ ਗਾਏ, ਉਹਨੂੰ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ। ਵੀ ਮੋਟੀਆਂ ਮੋਟੀਆਂ ਜਿਹੜੀਆਂ ਫੋਟੋਆਂ ਜੀਆਂ ਹੁੰਦੀਆਂ ਨੇ ਨਾ, ਉਹ ਉੱਤੇ ਪਈਆਂ ਰਹਿੰਦੀਆਂ ਨੇ ਕਈ ਵਾਰੀ, ਠੀਕ ਹੈ ਨਾ। ਸੋ ਵੀ ਮੈਂ ਯੂਜਲੀ ਆਰਚਿਵ, ਹਜੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਆਹ ਦੇਖੋ ਆਰਚਿਵ ਸੈਟਿੰਗ ਹੈ, ਇਹਦੇ ਵਿੱਚ ਕਿੰਨੀਆਂ ਦੇਖੋ ਜੀ ਕਿੰਨੀਆਂ ਆਰਚਿਵ ਕਰੀਆਂ ਹੋਈਆਂ ਪੋਸਟਾਂ, ਸਾਹਿਬ ਮੂਸਾ ਜੱਟ, ਆਹ ਦੇਖੋ ਮੇਰੇ ਆਪਦੇ ਗਾਣਿਆਂ ਦੇ ਸਾਰੇ ਸਾਰੇ ਕੀਤੇ ਹੋਏ ਨੇ। ਵੀ ਜਦੋਂ ਜਦੋਂ ਟਾਈਮ ਲੰਘ ਜਾਂਦਾ ਉਹ ਤੋਂ ਬਾਅਦ ਮੈਂ ਆਰਚਿਵ ਕਰ ਦਿੰਦਾ ਹੁੰਦਾ, ਜਦੋਂ ਦੁਬਾਰੇ ਫੇਰ ਆਇਆ ਦੁਬਾਰੇ ਫੇਰ ਆਉਣਾ ਆਰਚਿਵ ਕਰ ਦਿੰਦਾ ਹੁੰਦਾ। ਸੋ ਇਹ ਮੈਂ ਯਾਨੀ ਕਿ ਪ੍ਰੋਫਾਈਲ ਯਾਨੀ ਕਿ ਉੱਦਾਂ ਹੀ ਆਪਾਂ ਮਤਲਬ ਤੁਸੀਂ ਡਿਲੀਟ ਨਹੀਂ ਕਰੀ ਫੋਟੋ ਯਾਰ, ਡਿਲੀਟ ਕੋਈ ਪਾਗਲ ਆ ਯਾਰ ਕੋਈ, ਵੀ ਲੋਕ ਤਾਂ ਗੱਲਾਂ ਵਾ ਉਹ ਚਾਹੀਦਾ ਇਹਨਾਂ ਨੂੰ, ਕੀ ਨਾ ਹੈਗਾ ਆਪਣਾ ਮੌਕਾ, ਲੋਕਾਂ ਨੂੰ ਤਾਂ ਬਹਾਨਾ ਚਾਹੀਦਾ, ਖਾਸ ਕਰਕੇ ਮੇਰੇ ਮੌਕੇ, ਚੱਲ ਕਹਿ ਲੈਣ ਮੈਨੂੰ ਕਿ ਨੂਨ ਟਲਕਦਾ ਉਸ ਚੀਜ਼ ਨਾਲ, ਕੋਈ ਦਿੱਕਤ ਨਹੀਂ। ਪਰ ਤੁਸੀਂ ਇਹ ਦੇਖੋ ਵੀ ਆਹ ਆਰਚਿਵ ਪੋਸਟਾਂ ਨੇ ਸਾਰੀਆਂ ਜੀ, ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਵੀ ਨੇ ਇਹਦੇ 'ਚ, ਸਿੱਧੂ ਮੂਸੇਵਾਲੇ ਦੇ ਗਾਣੇ ਵੀ ਨੇ ਦੇਖੋ, ਧੱਕਾ ਸਿੱਧੂ ਮੂਸੇਵਾਲੇ ਦੇ ਸ਼ੋਅ ਜੀ, ਮਾਤਾ ਨਾਲ ਫੋਟੋਆਂ ਸਾਰੀਆਂ, ਆਹ ਪੋਸਟਾਂ ਪਾਈਆਂ ਹੋਈਆਂ, ਜਿਹੜੀਆਂ ਹੋਮੀ ਸਾਈਡ ਗਾਣਾ ਆਇਆ ਹੋਇਆ, ਆਹ ਸੋਹਣੇ ਲੱਗਦੇ। ਸੋ ਇਹ ਮੈਂ ਆਰਚਿਵ ਕਰੀਆਂ ਹੋਈਆਂ, ਮੈਂ ਆਰਚਿਵ ਕਰਦਾ ਰਹਿਣਾ ਟਾਈਮ ਟਾਈਮ ਨਾਲ, ਕਲੀਨ ਕਰਦਾ, ਯਾਨੀ ਕਿ ਨਹੀਂ ਐਂ ਲੱਗਦੀ ਹੁੰਦੀ ਵੀ ਇਹਨੂੰ ਪ੍ਰੋਫਾਈਲ ਦੇ ਵਿੱਚ ਬਸ ਵੀ ਚੁਣਵੀਆਂ ਚੁਣਵੀਆਂ।